ਰਣਜੀਤ ਐਵਨਿਊ ਸਰ ਦੀ ਗਰਾਊਂਡ ਵਿੱਚ ਪਾਇਟਿਕਸ ਮੇਲੇ ਦਾ 17ਵਾਂ ਐਡੀਸ਼ਨ ਜਿਹੜਾ ਕਿ ਉਸਦੀ ਸ਼ੁਰੂਆਤ 7 ਤਰੀਕ ਨੂੰ ਹੋਣ ਜਾ ਰਹੀ ਹੈ, ਤਾਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਐਗਜੀਬਿਸ਼ਨ ਵਿੱਚ ਪਹੁੰਚਦੇ ਨੇ। ADC ਹਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ ਕੀ ਇੰਤਜ਼ਾਮ ਰਹਿਣਗੇ ਪ੍ਰਸ਼ਾਸਨ ਵੱਲੋਂ। ਸਰ ਕੀ ਇੰਤਜ਼ਾਮ ਰਹਿਣਗੇ ਕਿਉਂਕਿ ਫੁੱਟਫਾਲ ਕਾਫੀ ਜ਼ਿਆਦਾ ਰਹਿੰਦੀ ਹੈ ਲੋਕਾਂ ਦੀ? ਜੀ ਹਾਂ, ਅੰਮ੍ਰਿਤਸਰ ਦੇ ਵਿੱਚ ਪਾਈਟੈਕਸ ਹਰ ਸਾਲ ਮਨਾਇਆ ਜਾ ਰਿਹਾ ਹੈ ਅਤੇ ਪਾਈਟੈਕਸ ਦਾ 17ਵਾਂ ਜਿਹੜਾ ਚੈਪਟਰ ਹੈ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਿਹਾ ਹੈ। ਲਾਸਟ ਈਅਰ ਹਰ ਸਾਲ ਇਸ ਤੋਂ ਸਾਹਮਣੇ ਵਾਲੀ ਜਿਹੜੀ ਗਰਾਊਂਡ ਹੈ ਉੱਥੇ ਮਨਾਇਆ ਜਾਂਦਾ ਸੀ, ਬਟ ਇਸ ਟਾਈਮ ਨੰਬਰ ਆਫ ਪਾਰਟੀਸਪੈਂਟਸ ਨੂੰ ਦੇਖਦੇ ਹੋਏ ਜਿਹੜਾ ਸ਼ਿਫਟ ਕੀਤਾ ਸਾਹਮਣੇ ਵਾਲੇ ਗਰਾਊਂਡ ਦੇ ਵਿੱਚ ਕੀਤਾ ਗਿਆ। ਇਟ ਇਜ਼ ਏ ਰੈਲੇਟਿਵਲੀ ਏ ਬਿਗਰ ਗਰਾਊਂਡ, ਜ਼ਿਆਦਾ ਵੱਡਾ ਗਰਾਊਂਡ ਹੈ ਅਤੇ ਇਸ ਵਾਰ ਨੰਬਰ ਆਫ ਸਟਾਲਸ ਜਿਹੜੀਆਂ ਹੈਗੀਆਂ ਨੇ ਉਹ ਵੀ ਮੈਨੀਫੋਲਡ ਇਨਕਰੀਜ਼ ਹੋਈਆਂ ਨੇ। ਇਸ ਵਾਰੀ 550 ਸਟਾਲਸ ਜਿਹੜੀਆਂ ਹੈਗੀਆਂ ਨੇ ਪਾਈਟੈਕਸ ਵਿੱਚ ਲਗਾਈਆਂ ਜਾ ਰਹੀਆਂ ਨੇ, ਜਿਹਦੇ ਵਿੱਚ 6 ਕੰਟਰੀਜ਼ ਪਾਰਟੀਸਪੇਟ ਕਰ ਰਹੀਆਂ ਨੇ, ਉਹਦੇ ਵਿੱਚ ਆਪਣੀਆਂ 13 ਤੋਂ 14 ਜਿਹੜੀਆਂ ਸਟੇਟਸ ਨੇ ਜਿਹੜੀਆਂ ਇੰਡੀਆ ਦੀਆਂ ਉਹ ਵੀ ਪਾਰਟੀਸਪੇਟ ਕਰ ਰਹੀਆਂ ਨੇ। ਕਿਹੜੀ ਕੰਟਰੀ ਜਿਹੜੀ ਪਾਰਟੀਸਪੇਟ ਕਰ ਰਹੀ ਹੈ? ਕੰਟਰੀਜ਼ ਜੀ, ਆਈ ਹੈਵ ਬੀਨ ਟੋਲਡ ਕਿ ਇੱਥੇ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਐਂਡ ਥਾਈਲੈਂਡ, ਟਰਕੀ ਐਂਡ ਇਜਿਪਟ, ਇਹ 6 ਕੰਟਰੀਜ਼ ਪਲੱਸ ਇੰਡੀਆ, ਟੋਟਲ 7 ਕੰਟਰੀਜ਼ ਦੀ ਪਾਰਟੀਸਪੇਸ਼ਨ ਰਹੇਗੀ। ਸਰ ਫੁੱਟਫਾਲ ਕਾਫੀ ਜ਼ਿਆਦਾ ਰਹਿੰਦੀ ਹੈ, ਕਰੀਬ ਕਰੀਬ ਡੇਲੀ ਦੀ ਗੱਲ ਕਰ ਲਈਏ ਤਾਂ 1 ਲੱਖ ਲੋਕ ਜਿਹੜੇ ਨੇ ਇੱਥੇ ਪਹੁੰਚਣਗੇ, ਪਾਰਕਿੰਗ ਵਾਸਤੇ ਵੀ ਕੋਈ ਇੰਤਜ਼ਾਮ? ਪੀਕ ਹੈ ਜੀ, ਉਹ ਪੀਕ ਹੈ, ਸਾਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਪੀਕ ਜਿਹੜੀ 1 ਲੱਖ ਤੱਕ ਦੀ ਆਏਗੀ, ਲੇਕਿਨ 50,000 ਪਲੱਸ ਇੱਥੇ ਅਕਸਰ ਦੇਖਣ ਨੂੰ ਮਿਲਦਾ ਹੀ ਹੈ ਅਤੇ ਉਹ ਸਟੈਗਰਡ ਦੇ ਵਿੱਚ ਰਹਿੰਦਾ ਕਿ ਮੋਰਨਿੰਗ ਤੋਂ ਲੈ ਕੇ ਸ਼ਾਮ ਤੱਕ ਦਾ ਟੋਟਲ ਕਾਊਂਟ ਦੇ ਬੇਸਿਸ 'ਤੇ ਰਹਿੰਦਾ। ਬਟ ਯੈਸ, ਪਾਰਕਿੰਗ ਦੇ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਅਤੇ ਇਸ ਕਰਕੇ ਅਸੀਂ ਚੰਗੇ ਅਰੇਂਜਮੈਂਟਸ ਕੀਤੇ ਹੋਏ ਨੇ ਪਾਰਕਿੰਗ ਦੀ, ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਆਏਗੀ ਜੀ। ਐਗਜੀਬਿਸ਼ਨ ਸੈਂਟਰ ਦੀ ਡਿਮਾਂਡ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵੀ ਅੰਮ੍ਰਿਤਸਰ ਵਿੱਚ ਕੋਈ ਐਗਜੀਬਿਸ਼ਨ ਸੈਂਟਰ ਹੋਣਾ ਚਾਹੀਦਾ, ਸਰ ਉਸ ਦੇ ਬਾਰੇ ਵੀ ਕੋਈ ਕਦਮ ਚੁੱਕੇ ਜਾ ਰਹੇ ਨੇ? ਨਹੀਂ, ਐਗਜੀਬਿਸ਼ਨ ਸੈਂਟਰ ਹੋਣਾ ਚਾਹੀਦਾ, ਇਟ ਇਜ਼ ਅ ਵੈਰੀ ਵੈਲਕਮ ਸਟੈਪ, ਬਟ ਇੱਥੇ ਰੀਸੈਂਟਲੀ ਗਵਰਨਮੈਂਟ ਆਫ ਇੰਡੀਆ ਅਤੇ ਗਵਰਨਮੈਂਟ ਆਫ ਪੰਜਾਬ ਵੱਲੋਂ ਯੂਨਿਟੀ ਮਾਲ ਨੂੰ ਲੈ ਕੇ ਇੱਕ ਪ੍ਰਪੋਜ਼ਲ ਚੱਲ ਰਹੀ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਹੀ ਦੱਸਿਆ ਜਾਣਾ ਬਿਹਤਰ ਹੋਵੇਗਾ ਜੀ। ਸਰ ਉਹ ਕਿੱਥੇ ਜਗ੍ਹਾ ਪ੍ਰਪੋਜ਼ਲ ਜਿਹੜਾ ਜਗ੍ਹਾ ਕਿੱਥੇ ਕਰਕੇ ਹੋਏਗਾ ਕੁਛ ਪਲੇਸ? ਜਗ੍ਹਾ ਐਗਜੈਕਟਲੀ ਮੈਂ ਤੁਹਾਨੂੰ ਇਸ ਡਿਟੇਲਸ ਅਜੇ ਨਹੀਂ ਦੱਸ ਸਕਦਾ, ਬਟ ਇਹ ਦੱਸ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਲੋਕੇਸ਼ਨ ਫਾਈਨਲ ਹੋਈ ਹੈ ਜੀ। ਥੈਂਕ ਯੂ। ਅਤੇ ਇਹ ਨੇ ADC ਹਰਪ੍ਰੀਤ ਸਿੰਘ ਜਿਹੜੇ ਕਿ ਇਸ ਮੌਕੇ 'ਤੇ ਪਹੁੰਚੇ ਹੋਏ ਨੇ, ਔਰ ਤੁਹਾਨੂੰ ਦੱਸ ਦਈਏ ਕੱਲ੍ਹ 7 ਤਰੀਕ ਤੋਂ ਲੈ ਕੇ 11 ਦਸੰਬਰ ਤੱਕ ਜਿਹੜਾ ਕਿ ਇਸ ਮੇਲੇ ਦੇ ਦੌਰਾਨ ਜਿਹੜੇ ਸਟਾਲ ਸਜਾਏ ਜਾਣੇ ਨੇ, 550 ਐਗਜੀਬਿਟਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ। ਪਾਕਿਸਤਾਨ, ਇਜਿਪਟ, ਅਫਗਾਨਿਸਤਾਨ ਸਮੇਤ 6 ਦੇਸ਼ਾਂ ਦੇ ਐਗਜੀਬਿਟਰ ਅਤੇ ਨਾਲ ਨਾਲ ਇੰਡੀਆ ਦੇ, ਭਾਰਤ ਦੇ ਕਈ ਸਾਰੇ ਰਾਜਾਂ ਤੋਂ ਜਿਹੜੇ ਕਿ ਐਗਜੀਬਿਟਰ ਇੱਥੇ ਪਹੁੰਚ ਰਹੇ ਨੇ, ਤਾਂ ਜਿਹੜੇ ਕਿ ਇਸ ਮੇਲੇ ਦੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰ ਲੈਂਦੇ ਹਾਂ। ਤਾਂ PHG ਚੈਂਬਰ ਆਫ ਕਮਰਸ ਦੇ ਚੇਅਰਮੈਨ RS ਸਚਦੇਵਾ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਕਿਉਂਕਿ ਇਸ ਜਿਹੜੇ ਕਿ ਪਾਈਟੈਕਸ ਮੇਲੇ ਦੀ ਕਾਫੀ ਸਾਰਾ ਜਿਹੜੀ ਕਿ ਉਡੀਕ ਰਹਿੰਦੀ ਹੈ ਲੋਕਾਂ ਨੂੰ, ਤਾਂ ਹੁਣ ਉਹ ਉਡੀਕ ਜਿਹੜੀ ਕੱਲ੍ਹ ਖਤਮ ਹੋਣ ਵਾਲੀ। ਸਰ ਕਿੰਨੇ ਦਿਨ ਦਾ ਇਹ ਮੇਲਾ ਔਰ ਕੀ ਇਵੈਂਟ ਰਹਿਣਗੇ ਜੀ? ਇਹ 17ਵਾਂ ਇਵੈਂਟ ਹੈ ਜੀ ਔਰ 7 ਤੋਂ 11 ਦਸੰਬਰ, ਕੱਲ੍ਹ ਵੀਰਵਾਰ ਤੋਂ ਲੈ ਕੇ ਸੋਮਵਾਰ 11 ਤਰੀਕ ਤੱਕ ਚੱਲੇਗਾ। ਔਰ ਰਣਜੀਤ ਐਵਨਿਊ ਦੀ ਜਿਹੜੀ ਗਰਾਊਂਡ ਹੈ ਜਿਹਨੂੰ ਪਾਈਟੈਕਸ ਗਰਾਊਂਡ ਹੀ ਕਿਹਾ ਜਾਂਦਾ, ਉੱਥੇ ਹੋ ਰਿਹਾ। ਔਰ ਇਸ ਇਵੈਂਟ ਦੇ ਵਿੱਚ 550 ਤੋਂ ਉੱਤੇ ਐਗਜੀਬਿਟਰ ਹੈ ਔਰ ਬੜਾ ਵੱਡਾ ਫੂਡ ਕੋਰਟ ਹੈ, ਖਾਣ ਪੀਣ ਵਾਸਤੇ ਬਹੁਤ ਲੋਕਾਂ ਨੂੰ ਬਾਹਰੋਂ ਬੁਲਾਇਆ ਗਿਆ ਔਰ ਮੌਸਮ ਬਹੁਤ ਵਧੀਆ ਔਰ ਇਵੈਂਟ ਨੂੰ ਸਕਸੈਸ ਕਰਨ ਵਾਸਤੇ, ਫੁੱਟਫਾਲ ਵਾਸਤੇ ਸਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ, ਸਾਡੇ ਵੱਲੋਂ ਵੀ। ਔਰ ਮੈਂ ਸਮਝਦਾ ਵੀ ਸਾਡੇ ਲਈ ਇਹ ਬੜਾ ਵਧੀਆ ਟਾਈਮ ਹੈ ਕਿ ਇਸ ਇਵੈਂਟ ਨੂੰ ਜਿੱਥੇ 550 ਸਟਾਲ ਵਾਲੇ ਆ ਚੁੱਕੇ ਨੇ ਔਰ ਨੈਸ਼ਨਲ, ਇੰਟਰਨੈਸ਼ਨਲ 7 ਕੰਟਰੀ ਨੇ, 14 ਸਟੇਟਾਂ ਨੇ, ਔਰ ਉਹਨਾਂ ਦੇ ਜਿਹੜੇ ਆਈਟਮਸ ਨੇ ਉਹਨੂੰ ਵੇਖਿਆ ਜਾਏ, ਉਹਨੂੰ ਬਣਾਇਆ ਜਾਏ।
ਮੈਂ ਯੰਗ ਬੱਚਿਆਂ ਨੂੰ ਅਪੀਲ ਕਰਦਾ ਕਿ ਆ ਕੇ ਆਪਣਾ ਦੇਖੋ ਕਿ ਕਿਹੜੀ ਚੀਜ਼ ਅਸੀਂ ਜਿਹੜੀ ਬਣਾ ਸਕਦੇ ਹਾਂ, ਜਿਹੜੀ ਬਾਹਰ ਬਣਦੀ ਹੈ ਜਾਂ ਆਊਟ ਆਫ ਕੰਟਰੀ ਬਣਦੀ ਹੈ ਜਾਂ ਇੰਡੀਆ 'ਚ ਬਣਦੀ ਹੈ ਪਰ ਸਾਡੇ ਨਹੀਂ ਬਣਦੀ, ਉਹਨੂੰ ਹੋਰ ਅਸੀਂ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ, ਉਹਨੂੰ ਸਿੱਖੀਏ, ਉਹ ਇੱਕ ਨਵੀਂ ਇੱਕ ਹੁਨਰ ਦੀ ਸਕਿੱਲ ਡਿਵੈਲਪਮੈਂਟ ਦੀ ਸਟਾਰਟਅਪ ਦਾ ਐਕਸ਼ਨ ਜਿਹੜਾ ਸ਼ੁਰੂ ਕੀਤਾ ਜਾਏ। ਔਰ ਸਾਡੇ ਜਿਹੜੇ ਸੈਮੀਨਾਰਸ ਨੇ ਉਹ ਇਨਵੈਸਟ ਪੰਜਾਬ 'ਤੇ, ਫਿਰ ਟੂਰਿਜ਼ਮ 'ਤੇ, ਫਿਰ ਐਕਸਪੋਰਟ 'ਤੇ, ਫਿਰ MSME 'ਤੇ, ਅਸੀਂ ਬਲੱਡ ਕੈਂਪ ਵੀ ਲਗਾ ਰਹੇ ਹਾਂ, ਸੋਸ਼ਲ ਸਰਵਿਸਿਜ਼ ਵੀ ਕਰ ਰਹੇ ਹਾਂ। ਸੋ ਸਾਡੇ ਬਹੁਤ ਜ਼ਿਆਦਾ ਜਿਹੜਾ ਫੋਕਸ ਇਹੀ ਰਹਿੰਦਾ ਕਿ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਤੋਂ ਇੱਕ ਤਾਂ ਪੰਜਾਬ ਦੀ ਗਰੋਥ ਕਿੱਦਾਂ ਹੋ ਸਕਦੀ ਹੈ ਅਤੇ ਦੂਜਾ ਅੰਮ੍ਰਿਤਸਰ ਦੇ ਵਿੱਚ ਟੂਰਿਜ਼ਮ ਕਿੱਦਾਂ ਵੱਧ ਸਕਦਾ। ਔਰ ਉਸ ਟੂਰਿਜ਼ਮ ਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਵੀ ਨਿਹਰਾ ਅੰਮ੍ਰਿਤਸਰ ਨਹੀਂ, ਅੰਮ੍ਰਿਤਸਰ ਦੇ ਨਾਲ ਜਿਹੜੇ ਬਾਕੀ ਜ਼ਿਲ੍ਹੇ ਹੁਣ ਹੋਰ ਗਰੋਥ ਕਰ ਸਕਦੇ ਨੇ। ਹੁਣ ਪਠਾਨਕੋਟ ਦਾ ਏਰੀਆ, ਧਾਰ ਦਾ ਏਰੀਆ, ਮਲਕਪੁਰ ਦਾ ਏਰੀਆ ਜਿੱਥੇ ਪਹਾੜ ਹੈਗੇ ਨੇ ਆਲਰੇਡੀ, ਉਹਨਾਂ 'ਚ ਵੀ ਗਰੋਥ ਹੋ ਸਕਦੀ ਹੈ। ਇੰਨੀਆਂ ਸੋਹਣੀਆਂ ਸੜਕਾਂ ਨੇ, ਅਸੀਂ 1.25 ਘੰਟੇ 'ਚ ਉੱਥੇ ਪਹੁੰਚ ਸਕਦੇ ਹਾਂ। ਸੋ ਇੱਕ ਬੜਾ ਵੱਡਾ ਡੈਸਟੀਨੇਸ਼ਨ ਬਣ ਸਕਦਾ, ਮੈਰਿਜ ਡੈਸਟੀਨੇਸ਼ਨ ਬਣ ਸਕਦਾ, ਬਾਰਡਰ ਟੂਰਿਜ਼ਮ ਹੋ ਸਕਦਾ, ਹੈਰੀਟੇਜ ਟੂਰਿਜ਼ਮ ਹੋ ਸਕਦਾ ਔਰ ਰਿਸਪੋਂਸਿਵ ਟੂਰਿਜ਼ਮ ਹੋ ਸਕਦਾ। ਉਹ ਅਸੀਂ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ, ਐਂਟਰੈਂਸ ਟਿਕਟ ਕਿੰਨੀ ਰੱਖੀ ਗਈ ਇਸ ਵਾਰ? ਐਂਟਰੈਂਸ ਟਿਕਟ ਸਾਡੀ GST ਪਾ ਕੇ 40 ਰੁਪਏ ਹੈ, ਜਿਹਦੇ 18% ਟੈਕਸ ਵੀ ਹੁੰਦਾ। ਸੋ ਇਹ ਜਿੰਨੀ ਕੁ ਰੀਜ਼ਨੇਬਲੀ ਲੋੜ ਹੁੰਦੀ ਹੈ ਉਨੀ ਕੁ ਰੱਖ ਦਿੰਦੇ ਹਾਂ ਅਸੀਂ। ਕਾਫੀ ਸਾਰੇ ਲੋਕ ਜਿਹਨੇ ਨੇ ਕਿ ਫੁੱਟਫਾਲ ਕਾਫੀ ਜ਼ਿਆਦਾ ਹੁੰਦਾ, ਹਜ਼ਾਰਾਂ ਵਿੱਚ ਲੋਕ ਪਹੁੰਚਦੇ ਨੇ, ਅਤੇ ਉਹਨਾਂ ਲਈ ਆਮਦ ਨੂੰ ਲੈ ਕੇ ਵੀ ਕੋਈ ਖਾਸ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ, ਸਿਕਿਉਰਟੀ ਲੈ ਕੇ ਜਾਂ ਜਿਹੜੀ ਕਿ ਪਾਰਕਿੰਗ ਵਾਸਤੇ ਵੀ ਇੰਤਜ਼ਾਮ ਕੀਤੇ ਗਏ? ਹਾਂਜੀ, ਪਾਰਕਿੰਗ ਦਾ ਇੰਤਜ਼ਾਮ ਰੈੱਡ ਕਰੋਸ ਕੋਲ ਹੈ ਔਰ ਉਹ ਐਡਮਿਨਿਸਟ੍ਰੇਸ਼ਨ ਦੇਖਦੀ ਹੈ। ਸਾਡਾ ਜਿਹੜਾ ਇਨਰ ਹਾਊਸ ਦਾ ਇੰਤਜ਼ਾਮ ਹੈ ਉਹ ਸਾਡੇ ਕੋਲ ਹੈ, ਸਿਕਿਉਰਿਟੀ ਦਾ, ਦੂਸਰਾ ਬੋਕਸਰਸ, CCTV ਕੈਮਰਾ, ਫਾਇਰ ਦਾ ਸਿਸਟਮ, ਸਾਰੇ ਸੇਫਟੀ ਸਿਕਿਉਰਿਟੀ ਦਾ ਇੰਤਜ਼ਾਮ ਕੀਤੇ ਗਏ ਨੇ। ਔਰ ਮੈਂ ਸਮਝਦਾ ਵੀ ਇਸ ਈਵੈਂਟ ਨੂੰ ਸੇਫਟੀ ਪੁਆਇੰਟ ਆਫ ਵਿਊ ਨਾਲ, ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਇੱਥੇ ਕੋਈ ਮੁਸ਼ਕਲ ਨਹੀਂ ਹੈ। ਡਿਗਨਿਟਰੀਜ਼ ਕਿਹੜੇ ਕਿਹੜੇ ਆ ਰਹੇ? ਇੱਥੇ 4 ਕੰਟਰੀਆਂ ਦੇ ਅੰਬੈਸਡਰ ਆ ਰਹੇ ਨੇ, ਫਿਜੀ ਦੇ ਆ ਰਹੇ ਨੇ, ਬੰਗਲਾਦੇਸ਼ ਦੇ ਆ ਰਹੇ ਨੇ, ਸ਼੍ਰੀਲੰਕਾ ਦੇ ਆ ਰਹੇ ਨੇ, ਕਜ਼ਾਕਿਸਤਾਨ ਦੇ ਆ ਰਹੇ ਨੇ, ਉਜ਼ਬੇਕਿਸਤਾਨ ਦੇ ਆ ਰਹੇ ਨੇ। ਸੋ ਅਸੀਂ ਉਹਨਾਂ ਨੂੰ ਅੰਬੈਸਡਰ ਨੂੰ ਬੁਲਾਇਆ ਕਿ ਆ ਕੇ ਇੱਥੇ ਦੀ ਆਈਟਮਾਂ ਦੇਖਣ, ਇੱਥੋਂ ਦੀ ਸਟੱਡੀ ਕਰਨ, ਸਾਡੀ ਲਿਸਟ ਲੈ ਕੇ ਜਾਣ, ਆਪਣੇ ਕੰਟਰੀ ਨੂੰ ਦੱਸਣ, ਆਪਣੇ ਵਿਜ਼ਿਟਰ ਬੁਲਾਉਣ ਔਰ ਸਾਡੀਆਂ ਆਈਟਮਾਂ ਜਿਹੜੀਆਂ ਨੇ ਇੱਥੋਂ ਦੀਆਂ ਕਿਸ ਤਰ੍ਹਾਂ ਐਕਸਪੋਰਟ ਹੋ ਸਕਦੀਆਂ, ਉਹ ਚਾਹੇ ਫੂਡ ਦੀਆਂ, ਚਾਹੇ ਸਾਡੇ ਹੋਰ ਐਗਰੀਕਲਚਰ ਹੈ, ਚਾਹੇ ਉਹ ਹਾਰਡਵੇਅਰ ਹੈ, ਚਾਹੇ ਉਹ ਸਪੋਰਟਸ ਹੈ, ਉਹ ਵੀ ਉਹਨਾਂ ਨੂੰ ਅਸੀਂ ਮੀਟਿੰਗ ਕਰਾ ਰਹੇ ਹਾਂ ਤਾਂ ਕਿ ਇਹ ਐਕਸਪੋਰਟ ਪੰਜਾਬ ਤੋਂ ਵੱਧ ਸਕੇ। CM ਸਾਹਿਬ ਨੂੰ ਵੀ ਆ ਰਹੇ ਨੇ ਜਾਂ ਹੋਰ ਕੈਪਟਨ ਮਿਨਿਸਟਰ ਵੀ ਪਹੁੰਚੇ? ਉਹਨਾਂ ਦੇ ਸ਼ਡਿਊਲ ਚੈੱਕ ਕੱਲ੍ਹ ਦਾ, ਅਜੇ ਸ਼ਾਮ ਤੱਕ ਕਨਫਰਮ ਹੋਏਗਾ ਕਿ ਕੱਲ੍ਹ CM ਸਾਹਿਬ ਆ ਰਹੇ ਨੇ, ਪਰ ਅਜੇ ਤੱਕ ਉਹਨਾਂ ਦੇ ਸ਼ਡਿਊਲ 'ਚ ਹੈਗਾ। ਔਰ ਨਾਲ ਸਾਹਰ ਭਜਨ ਸਿੰਘ ETO ਆਉਣਗੇ ਪਰਸੋਂ, ਫਿਰ ਸਾਡੇ ਸ਼ੇਰਗਿੱਲ ਵੀ ਪਤਾ ਲੱਗਾ ਸੀ ਆ ਰਹੇ ਨੇ। ਹਾਂਜੀ, ਜਿੰਮੀ ਸ਼ੇਰਗਿੱਲ ਕੱਲ੍ਹ ਆ ਜਾਣਗੇ, ਕੱਲ੍ਹ ਸਵੇਰੇ, ਔਰ ਉਹ ਸਾਰੇ ਨਾਲ ਸਾਰਾ ਦਿਨ ਰਹਿਣਗੇ। ਔਰ ਕੱਲ੍ਹ ਅਨਮੋਲ ਗਗਨ ਮੈਮ ਜਿਹੜੇ ਮੈਡਮ ਹੈ ਉਹ ਵੀ ਆਉਣਗੇ, ਪਰਸੋਂ ਲਾਲਜੀਤ ਸਿੰਘ ਭੁੱਲਰ ਆਉਣਗੇ 11 ਤਰੀਕ ਨੂੰ। ਸੋ ਮੰਤਰੀ ਸਾਰੇ ਆਉਣਗੇ ਔਰ ਸਾਡੀ ਕੋਸ਼ਿਸ਼ ਇਹ ਵੀ ਵੱਧ ਤੋਂ ਵੱਧ ਜਿਹੜਾ ਪੰਜਾਬ ਸਰਕਾਰ ਦਾ ਅਫਸਰਾਂ ਸਾਹਿਬਾਨ ਨੇ ਉਹ ਵੀ ਆਉਣਗੇ, ਵੱਧ ਤੋਂ ਵੱਧ ਇੱਥੇ ਦੱਸਿਆ ਜਾਵੇ ਕਿ ਜਿਹੜਾ PhD ਚੈਂਬਰ ਦਾ, ਪਾਈਟੈਕਸ ਦਾ ਉਪਰਾਲਾ ਹੈ ਉਹ ਕਿਸ ਤਰ੍ਹਾਂ ਸਕਸੈਸ ਹੈ ਔਰ ਉਹਨੂੰ ਕਿਸ ਤਰ੍ਹਾਂ ਹੋਰ ਬੈਟਰ ਹੋ ਸਕਦਾ, ਉਹਦੇ ਸੁਜੈਸ਼ਨ ਮੰਗਾਂਗੇ ਅਸੀਂ। ਕਾਫੀ ਸਮੇਂ ਤੋਂ ਇੱਕ ਡਿਮਾਂਡ ਕਰ ਰਹੇ ਹੋ ਵੀ ਅੰਮ੍ਰਿਤਸਰ ਵਿੱਚ ਐਗਜੀਬਿਸ਼ਨ ਸੈਂਟਰ ਜਿਹੜਾ ਕਿ ਉਹ ਪੱਕੇ ਤੌਰ 'ਤੇ ਜਿਹੜਾ ਕਿ ਉਹ ਦਿੱਤਾ ਜਾਵੇ, ਉਹ ਡਿਮਾਂਡ ਹਜੇ ਤੱਕ ਨਹੀਂ ਪੂਰੀ? ਦੇਖੋ ਜੀ, 17 ਸਾਲ ਤੋਂ 2 ਚੀਜ਼ਾਂ ਮੰਗ ਰਹੇ ਹਾਂ, ਇੱਕ ਤਾਂ ਐਕਸਪੋ ਸੈਂਟਰ ਮੰਗ ਰਹੇ ਹਾਂ ਔਰ ਇੱਕ ਪਾਕਿਸਤਾਨ ਨਾਲ ਬਿਜ਼ਨਸ ਮੰਗ ਰਹੇ ਹਾਂ। ਪਾਕਿਸਤਾਨ ਨਾਲ ਬਿਜ਼ਨਸ ਬਹੁਤ ਅੱਛਾ ਚੱਲ ਰਿਹਾ ਸੀ, ਲੇਕਿਨ ਉਹ ਜਿਹੜਾ ਪ੍ਰੋਬਲਮ 2017 ਤੋਂ ਹੋਈ ਹੈ ਉਹ ਹੁਣ ਉਮੀਦ ਹੈ ਵੀ
ਸਾਡਾ ਜਿੰਨਾ ਕੁ ਉਪਰਾਲਾ ਚੱਲ ਰਿਹਾ ਔਰ ਜਿੰਨੀ ਕੁ ਪੰਜਾਬ ਨੂੰ ਐਕਸਪੋਰਟ ਦੀ ਲੋੜ ਹੈ, ਸਾਡਾ ਬਿਜ਼ਨਸ ਖੁੱਲ੍ਹਣਾ ਚਾਹੀਦਾ, ਖੁੱਲ੍ਹੇਗਾ। ਔਰ ਜਿਹੜਾ ਦੂਸਰਾ ਹੈ ਤੁਹਾਡਾ ਐਕਸਪੋ ਸੈਂਟਰ ਦਾ, ਉਹ ਮੇਰੇ ਸਮਝ ਦੇ ਵਿੱਚ ਇਹਨਾਂ ਨੇ ਇੱਕ ਯੂਨਿਟੀ ਮਾਲ ਦੀ ਅਪਰੂਵਲ ਲਈ ਹੈ ਸੈਂਟਰ ਗੌਰਮੈਂਟ ਤੋਂ, ਜਿਹਦੇ 'ਚ 159 ਕਰੋੜ ਰੁਪਇਆ ਸੈਂਟਰ ਗੌਰਮੈਂਟ ਲਗਾ ਰਹੀ ਹੈ ਔਰ ਜਗ੍ਹਾ ਪੰਜਾਬ ਸਰਕਾਰ ਦੇ ਰਹੀ ਹੈ। ਉਹਦੇ 'ਚ ਵੀ ਬੜੀ ਵੱਡੀ ਸਾਨੂੰ ਇੱਕ ਐਕਸਪੋ ਲਗਾਉਣ ਦਾ ਮੌਕਾ ਮਿਲ ਸਕਦਾ। ਉੱਥੇ 'ਚ ਇਹਨਾਂ ਨੇ ਹਾਲ ਬਣਾ ਰਹੇ ਨੇ, ਕਨਵੈਨਸ਼ਨ ਸੈਂਟਰ ਬਣਾ ਰਹੇ ਨੇ, ਐਕਸਪੋਜੀਸ਼ਨ ਸੈਂਟਰ ਬਣ ਰਹੀ ਹੈ, ਅਤੇ ਉਹ ਜੇ ਠੀਕ ਹੋ ਜਾਂਦੀ ਹੈ ਤਾਂ ਸਾਡੀ ਐਕਸਪੋਜੀਸ਼ਨ ਉੱਥੇ ਬਣ ਜਾਏਗੀ। ਲੋਕਾਂ ਨੂੰ ਕੀ ਖਾਸ ਸੱਦਾ ਦੇਣਾ ਚਾਹੋਗੇ ਜੀ, ਜਿਹੜਾ ਕੱਲ੍ਹ 7 ਤਰੀਕ ਤੋਂ ਮੇਲਾ ਸ਼ੁਰੂ ਹੋ ਗਿਆ? ਦੇਖੋ, ਸਭ ਤੋਂ ਵਧੀਆ ਇਹ ਹੈ ਕਿ ਇਸ ਐਕਸਪੋ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ ਔਰ ਇਸ ਐਕਸਪੋ 'ਚ ਹਰ ਤਰ੍ਹਾਂ ਦੀ ਖਾਣ ਨੂੰ ਚੀਜ਼ ਮਿਲਦੀ ਹੈ, ਵੇਖਣ ਨੂੰ ਮਿਲਦੀ ਹੈ, ਘੁੰਮਣ ਦੇ ਸਟਾਲ ਵੀ ਮਿਲਣਗੇ ਲੋਕਾਂ ਨੂੰ, ਖਾਣ ਪੀਣ ਦੇ ਵੀ ਮਿਲਣਗੇ ਜਾਂ ਦੂਜੇ ਐਕਸੀਬਿਸ਼ਨ ਦੇ ਸਟਾਲ ਵੀ? ਦੋਨੋਂ ਮਿਲਣਗੇ ਜੀ, ਪਾਕਿਸਤਾਨ ਦੀ ਐਕਸਪੋਜੀਸ਼ਨ ਦੇ ਵੀ ਮਿਲਣਗੇ ਔਰ ਪਾਕਿਸਤਾਨ ਦਾ ਫੂਡ ਕੋਰਟ, ਦਿੱਲੀ ਤੋਂ ਲੋਕ ਆਏ ਨੇ ਉਹ ਫੂਡ ਕੋਰਟ ਵੀ ਲਾ ਰਹੇ ਨੇ। ਸੋ ਇਹ ਖਾਣਾ ਪੀਣਾ, ਘੁੰਮਣਾ, ਸੈਲਫੀਆਂ ਲੈਣੀਆਂ ਅਤੇ ਐਕਸਪੋਜੇਸ਼ਨ ਦੇਖਣੀ, ਇਹ ਵੀਕਐਂਡ ਦਾ ਪੂਰਾ ਚਾਮ ਹੋਏਗਾ ਔਰ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਸਾਰੀਆਂ ਸਹੂਲਤਾਂ ਆਪਣੇ ਐਗਜ਼ੀਬਿਟਰਸ ਨੂੰ, ਵਿਜ਼ਿਟਰਸ ਨੂੰ, ਲੋਕਾਂ ਨੂੰ, ਪੰਜਾਬੀ ਭੈਣ ਭਰਾਵਾਂ ਨੂੰ ਦੇ ਸਕੀਏ ਤਾਂ ਕਿ ਇਹ ਮੇਲਾ ਹੋਰ ਵੱਧ ਫੁੱਲ ਜਾਏ। ਬਿਲਕੁਲ ਜੀ, ਇਹ ਨੇ ਆਰਤ ਸੱਚ ਦੇਵਾ, ਕਿਉਂਕਿ ਹੁਣ ਆਉਣ ਵਾਲੇ 5 ਦਿਨ ਜਿਹੜਾ ਕਿ ਲਗਾਤਾਰ ਰੌਣਕਾਂ ਨਾਲ ਗੁਲਜ਼ਾਰ ਰਹਿਣ ਵਾਲਾ ਹੈ ਅੰਮ੍ਰਿਤਸਰ ਦਾ ਪਾਈਟੈਕਸ ਮੇਲਾ, ਕਿਉਂਕਿ ਹਜ਼ਾਰਾਂ ਹੀ ਲੋਕ ਜਿਹੜੇ ਕਿ ਇੱਥੇ ਪਾਈਟੈਕਸ ਮੇਲੇ ਵਿੱਚ ਖਰੀਦਦਾਰੀ ਕਰਨ ਵਾਸਤੇ ਪਹੁੰਚਦੇ ਨੇ, ਨਾਲ ਨਾਲ ਖਾਣ ਪੀਣ ਦੇ ਸਟਾਲ ਦਾ ਵੀ ਜਿਹੜਾ ਕਿ ਮਜ਼ਾ ਲੈਣ ਵਾਸਤੇ ਪਹੁੰਚਦੇ ਨੇ। ਹੁਣ ਸਿਰਫ ਇੰਤਜ਼ਾਰ ਹੈ ਕੱਲ੍ਹ ਦੀ ਘੜੀ ਦਾ, ਕੱਲ੍ਹ 7 ਤਰੀਕ ਹੈ, 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਜਿਹੜਾ 5 ਦਿਨ ਲਗਾਤਾਰ ਜਿਹੜਾ ਕਿ ਇੱਥੇ ਮੇਲਾ ਚੱਲਣਾ, ਕਿਉਂਕਿ ਹਰ ਸਾਲ ਇਸ ਮੇਲੇ ਦੀ ਲੋਕਾਂ ਨੂੰ ਬੜੀ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਤੇ ਹੁਣ ਉਹਨਾਂ ਦੀ ਉਡੀਕ ਜਿਹੜੀ ਕਿ ਉਹ ਕੱਲ੍ਹ ਖਤਮ ਹੋਣ ਵਾਲੀ ਹੈ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ, ਚਾਦੈਨਿਕ ਸੁਰਾ ਟੀਵੀ, ਅੰਮ੍ਰਿਤਸਰ।